ਸ਼ਾਵਾਂ ਨਾਲ ਲਾੜੀ ਨੂੰ ਵਿਆਹ ਕੇ ਲਿਆਉਂਦੇ ਲਾੜੇ ਦੀ ਕਾਰ ਨਾਲ ਵੱਡਾ ਹਾਦਸਾ ਹੋਇਆ, ਜਿੱਥੇ ਇਸ ਕਾਰ ਦੀ ਇੱਕ ਟਰੈਕਟਰ ਦੇ ਨਾਲ ਜ਼ੋਰਦਾਰ ਟੱਕਰ ਹੋ ਗਈ। ਉਸ ਤੋਂ ਬਾਅਦ ਜੋ ਹਾਲਾਤ ਬਣੇ ਉਹ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ। ਦਰਅਸਲ ਵਿਆਹ ਕਰਾਉਣ ਤੋਂ ਬਾਅਦ ਜਦੋਂ ਡੋਲੀ ਘਰ ਨੂੰ ਪਰਤ ਰਹੀ ਸੀ, ਜਿਸ ਵਿੱਚ ਲਾੜਾ ਤੇ ਲਾੜੀ ਤੇ ਉਹਨਾਂ ਦੇ ਰਿਸ਼ਤੇਦਾਰ ਸਵਾਰ ਸਨ, ਤਾਂ ਕੱਟ ਮਾਰਨ ਲੱਗਿਆ ਸਾਹਮਣੇ ਇੱਕ ਟਰੈਕਟਰ ਨੇ ਇਸ ਡੋਲੀ ਵਾਲੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਹੋਈ ਕਿ ਗੱਡੀ ਬਾਅਦ ਚੋਂ ਡਿਵਾਈਡਰ ਦੇ ਨਾਲ ਜਾ ਕੇ ਲੱਗੀ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਲਾੜਾ ਲਾੜੀ ਸਣੇ ਬਰਾਤੀਆਂ ਨੂੰ ਵੀ ਉੱਥੇ ਸੜਕ ਤੇ ਬੈਠ ਕੇ ਹੀ ਪੱਟੀਆਂ ਕਰਨੀਆਂ ਪਈਆਂ, ਕਿਉਂਕਿ ਇਹਨਾਂ ਸਾਰਿਆਂ ਨੂੰ ਹੀ ਸੱਟਾਂ ਲੱਗੀਆਂ ਨੇ। ਹਾਦਸਾ ਬੋਹੜ ਦੇ ਸ਼੍ਰੀ ਗੰਗਾ ਨਗਰ ਨੈਸ਼ਨਲ ਹਾਈਵੇ ਗਿੱਦੜਾ ਵਾਲੀ ਦੇ ਨੇੜੇ ਵਾਪਰਿਆ, ਜਿੱਥੇ ਇਹ ਡੋਲੀ ਵਾਲੀ ਕਾਰ ਜਦੋਂ ਸੜਕ ਤੋਂ ਕੱਟ ਲਾਉਣ ਲੱਗੀ ਤਾਂ ਸਾਹਮਣੇ ਟਰੈਕਟਰ ਵਾਲਾ ਆ ਗਿਆ, ਜੋ ਕਿ ਫੋਨ ਤੇ ਲੱਗਿਆ ਹੋਇਆ ਸੀ, ਜਿਸ ਨੇ ਅੱਗੇ ਨਹੀਂ ਦੇਖਿਆ ਤੇ ਜ਼ੋਰ ਨਾਲ ਇਸ ਡੋਲੀ ਵਾਲੀ ਕਾਰ ਨੂੰ ਟੱਕਰ ਮਾਰ ਦਿੱਤੀ। ਗੱਡੀ ਦਾ ਸੰਤੁਲਨ ਵੀ ਵਿਗੜ ਗਿਆ ਤੇ ਗੱਡੀ ਅੱਗੇ ਡਿਵਾਈਡਰ 'ਚ ਜਾ ਵੱਜੀ। ਗਨੀਮਤ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਥੇ ਸਾਰੇ ਬਰਾਤੀਆਂ ਨੂੰ ਤੇ ਲਾੜਾ ਤੇ ਲਾੜੀ ਨੂੰ ਵੀ ਸੱਟਾਂ ਜ਼ਰੂਰ ਲੱਗੀਆਂ ਨੇ, ਜਿਨ੍ਹਾਂ ਨੂੰ ਸੜਕ ਤੇ ਬਿਠਾ ਕੇ ਹੀ ਪੱਟੀਆਂ ਕਰਨੀਆਂ ਪਈਆਂ। ਸੜਕ ਸੁਰੱਖਿਆ ਫੋਰਸ ਦੇ ਕਰਮੀ ਵੀ ਇੱਥੇ ਪਹੁੰਚੇ, ਜਿਨ੍ਹਾਂ ਵੱਲੋਂ ਇਸ ਹਾਦਸੇ ਤੋਂ ਬਾਅਦ ਸਾਰਾ ਜਾਮ ਕਲੀਅਰ ਕਰਵਾਇਆ ਗਿਆ, ਰਾਹ ਖੁਲਵਾਇਆ ਗਿਆ ਅਤੇ ਹਾਦਸੇ 'ਚ ਜ਼ਖਮੀ ਹੋਏ ਸਾਰੇ ਬਰਾਤੀਆਂ ਤੇ ਲਾੜਾ ਲਾੜੀ ਨੂੰ ਮੈਡੀਕਲ ਸਹਾਇਤਾ ਵੀ ਦਿੱਤੀ ਗਈ। ਉਧਰ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਅਤੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ, ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਧਰ ਕਿੱਧਰ ਜਾ ਰਹੇ ਹੋ? ਅਸੀਂ ਕਾਲਿਆਂ ਦੀ ਮੰਡੀ। ਕਾਲਿਆਂ ਮੰਡੀ ਜਾ ਰਹੇ ਹੋ, ਤਾਂ ਕੀ ਹੋਇਆ ਇੱਥੇ ਤੁਹਾਨੂੰ ਮਾੜਾ ਜਿਹਾ ਪਤਾ? ਜੀ ਉਹ ਟਰੈਕਟਰ ਵਾਲਾ ਦੇਖੇ ਦਾ ਸਾਹਮਣੇ ਆ ਗਿਆ, ਫੋਨ ਤੇ ਗੱਲ ਕਰ ਰਿਹਾ। ਠੀਕ ਹੈ ਜੀ, ਤੇ ਅਸੀਂ ਮੈਂ ਉਸ ਤੇ ਵਿਚਾਰ ਕਰਦੇ ਹਾਂ ਕੱਟ ਮਾਰਦਾ। ਠੀਕ, ਵਿਆਹ ਤੋਂ ਆ ਰਹੇ ਸੀ ਜੀ? ਚਲੋ, ਬੱਚਤ ਰਹੇਗੀ ਸਾਰਿਆਂ ਦੀ। ਹਰਿਆਣੇ ਤੋਂ? ਹਰਿਆਣੇ ਤੋਂ। ਚਲੋ ਠੀਕ, ਓਕੇ। ਕਿੱਥੋਂ? ਹਰਿਆਣੇ ਤੋਂ? ਕਿਹੜੀ ਜਗ੍ਹਾ? ਕਾਲਿਆਂ ਦੀ ਮੰਡੀ ਜਾ ਰਹੇ ਜੀ। ਮੇਰਾ ਨਾਮ ਹੀ ਐਸ ਆਈ ਸਤਨਾਮ ਸਿੰਘ। ਸਾਨੂੰ ਜੀ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀਗੀ ਕਿ ਗਿੱਦੜਾਂ ਵਾਲੀ ਐਕਸੀਡੈਂਟ ਹੋ ਗਿਆ। ਅਸੀਂ ਆ ਕੇ ਵੇਖਿਆ ਜੀ, ਇਹਦੇ 'ਤੇ ਲਾੜਾ ਅਤੇ ਲਾੜੀ, ਲਾੜੇ ਦਾ ਨਾਂ ਹੈ ਸੰਦੀਪ ਸਿੰਘ ਅਤੇ ਲਾੜੀ ਦਾ ਨਾਂ ਹੈ ਸੁਮਨਦੀਪ ਕੌਰ। ਇਹਨਾਂ ਕੱਟ ਤੋਂ ਕ੍ਰੋਸ ਕਰਦੇ ਸੀ, ਇਹਨਾਂ ਦੇ ਮੂਹਰੇ ਕਿਤੇ ਟਰਾਲਾ ਆ ਗਿਆ ਜੀ, ਟਰੈਕਟਰ ਟਰਾਲੀ। ਬਸ ਉਦੋਂ ਬਚਾਉਂਦੇ ਇਹ ਗੱਡੀ ਜਾ ਕੇ ਡਿਵਾਈਡਰ 'ਤੇ ਚੜ੍ਹ ਗਈ ਜੀ। ਹਾਂਜੀ, ਗੱਡੀ ਦਾ ਨੁਕਸਾਨ ਹੈ ਜੀ ਕਾਫੀ, ਅਤੇ ਬਾਕੀ ਆਈਓ ਨੂੰ ਫੋਨ ਕਰਤਾ ਜੀ, ਉਹ ਆ ਰਿਹਾ, ਉਹ ਕਾਰਵਾਈ ਉਹ ਕਰਨ। ਬਾਕੀ ਜਿੰਨੇ ਮਰੀਜ਼ ਸੀ ਉਹ ਤਾਂ ਬਚਾਅ ਹੋ ਗਿਆ? ਹਾਂਜੀ, ਜਿੰਨੇ ਸੀ ਗੱਡੀ ਸਵਾਰ ਜਿੰਨੇ ਵੀ ਸੀ ਉਹਨਾਂ ਦੇ ਜੀ, ਮਤਲਬ ਪੱਟੀਆਂ ਸਾਰਿਆਂ ਦੀ ਕਰਤੀਆਂ ਜੀ।